ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਬੀਤੇ ਦਿਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਫਿਦਾਇਨ ਹਮਲੇ ਵਿੱਚ ਸ਼ਹੀਦ ਹੋਏ CRPF ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਬੀਤੀ ਰਾਤ ਦਿੜਵਾ ਵਿਖੇ ਲੋਕਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕੈਂਡਲ ਮਾਰਚ ਕੱਢ ਕੇ ਲੋਕਾਂ ਨੇ ਪਾਕਿਸਤਾਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਪਾਸੋਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਮੰਗ ਕੀਤੀ। ਮੂਨਕ ਤੋਂ ਜੀਤ ਵੈਬ ਟੀਵੀ ਲਈ ਰਾਜਪਾਲ ਸਿੰਗਲਾ ਦੀ ਰਿਪੋਰਟ। ਸਾਡੇ ਅੱਜ ਵੀਰ ਸਾਡੀ ਸੈਨਾ ਦੇ 42 ਫੌਜੀ ਮਾਰੇ ਗਏ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੇ। ਅਸੀਂ ਉਹਦੀ ਬਹੁਤ ਸਖ਼ਤ ਨਿੰਦਿਆ ਕਰਦੇ ਹਾਂ ਅਤੇ ਸ਼ਹਿਰ ਦੇ ਵਿੱਚ ਇੱਕ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅਸੀਂ ਸਾਰੇ ਸ਼ਹਿਰ 'ਚ ਹੁੰਦੇ ਹੋਏ ਕੈਂਡਲ ਮਾਰਚ ਕੱਢਣ ਲੱਗੇ ਹਾਂ। ਸਾਡੀ ਸਰਕਾਰ ਨੂੰ ਦੇਖੋ, ਸਾਡੀਆਂ ਸਰਕਾਰਾਂ ਨੇ ਬਹੁਤ ਟਾਈਮ ਹੋ ਗਿਆ ਇਹਨਾਂ 'ਤੇ ਪੋਲੀਟਿਕਸ ਕਰਦੀਆਂ ਨੇ, ਸਿਆਸਤ ਫੌਜੀਆਂ ਨੂੰ ਮਰਵਾਈ ਜਾਂਦੇ ਨੇ। ਜਦੋਂ ਤੱਕ ਮੋਦੀ ਸਾਹਿਬ ਦੇ ਹੁੰਦੇ ਬਹੁਤ ਸਾਡੇ ਫੌਜੀ ਮਾਰੇ ਗਏ ਨੇ ਸਰਹੰਦ ਦੇ ਉੱਤੇ। ਇਹਨਾਂ ਨੂੰ ਸਰਕਾਰਾਂ ਨੂੰ ਹੁਣ ਕੋਈ ਸਖ਼ਤ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਇਹ ਲੋਕ ਜਿਹੜੇ ਲੋਕ ਅੱਤਵਾਦ ਪਾਕਿਸਤਾਨ ਭੇਜ ਰਹੇ ਆ ਸਾਡੇ ਫੌਜੀਆਂ ਨੂੰ ਮਰਵਾਈ ਜਾਂਦੇ ਨੇ। ਅਸੀਂ ਉਹਨਾਂ ਨੂੰ ਸਖ਼ਤ ਸੰਦੇਸ਼ ਸਰਕਾਰਾਂ ਨੂੰ ਕਹਿੰਦੇ ਹਾਂ ਵੀ ਹੁਣ ਸਾਡਾ ਟਾਈਮ, ਹੁਣ ਇਹਨਾਂ ਦਾ ਬਦਲਾ ਲੈਣ ਦਾ ਟਾਈਮ ਆ ਗਿਆ। ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ, ਜੋ ਕੱਲ੍ਹ ਸਾਡੇ ਫੌਜੀ ਸ਼ਹੀਦ ਕੀਤੇ ਗਏ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੇ, ਅਸੀਂ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਦਿੜਵੇ ਹਲਕੇ ਵੱਲੋਂ ਅਤੇ ਦਿੜਵੇ ਸ਼ਹਿਰ ਵੱਲੋਂ ਸ਼ਰਧਾਂਜਲੀ ਦੇ ਅਰਪਣ ਕਰ ਰਹੇ ਹਾਂ। ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੋ ਵੀ ਇਹ ਘਟਨਾ ਹੋ ਰਹੀ ਆ ਇਹਦੇ ਗੰਭੀਰ ਨਾਲ ਇਹਦੇ ਮੁੱਦਾ ਚੁੱਕੇ ਅਤੇ ਇਹਨੂੰ ਛੇ ਤੋਂ ਛੇਤੀ ਸੁਝਾਵੇ। ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਜੀ, ਜਿਸ ਤਰ੍ਹਾਂ ਪਾਕਿਸਤਾਨ ਆਪਣੇ 'ਤੇ ਹਮਲਾ ਕਰ ਰਿਹਾ ਲਗਾਤਾਰ, ਇਹ ਸਖ਼ਤੀ ਨਾਲ ਸਰਕਾਰਾਂ ਇਹ 'ਤੇ ਐਕਸ਼ਨ ਲੈਣ, ਕਿਉਂਕਿ ਵੋਟਾਂ ਬਟੋਰਨ ਤੋਂ ਇਲਾਵਾ ਜਿਹੜੇ ਦੇਸ਼ ਦੇ ਨੁਕਸਾਨ ਹੋ ਰਹੇ ਨੇ, ਮਾਵਾਂ ਦੇ ਪੁੱਤ ਫੌਜੀ ਸ਼ਹੀਦ ਹੋ ਰਹੇ ਨੇ, ਇਹ ਆਪਣੀਆਂ ਸਰਕਾਰਾਂ ਨੂੰ, ਮੋਦੀ ਸਰਕਾਰ ਨੂੰ ਵੀ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਪਾਕਿਸਤਾਨ 'ਤੇ ਐਕਸ਼ਨ ਲੈਣਾ ਚਾਹੀਦਾ। ਫੌਜੀ ਜਵਾਨ ਬਹੁਤ ਮਾੜਾ ਮੰਦਭਾਗਾ ਸੁਨੇਹਾ ਲੱਗਿਆ ਸਾਨੂੰ, ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਐਕਸ਼ਨ ਚੰਗਾ ਚੰਗਾ ਲੈਣ ਤਾਂ ਜੋ ਇਹਨਾਂ ਦਾ ਬਦਲਾ, ਜੋ ਇਹਨਾਂ ਦੇ ਜਵਾਕ ਮਾਰੇ ਗਏ ਨੇ, ਇਹਨਾਂ ਦੇ 44 ਮਰੇ ਨੇ, ਇਹਨਾਂ ਦੇ 400 ਫੌਜੀ ਮਰੇ, ਤਾਂ ਸਾਡੀ ਆਤਮਾ ਨੂੰ ਸ਼ਾਂਤੀ ਮਿਲੂਗੀ। ਅਸੀਂ ਫੌਜੀ ਸਾਹਿਬ ਫੌਜੀਆਂ ਨੂੰ ਵਿਚਾਰੇ ਸਾਡੇ ਘਰ ਦੇ ਜਿਹੜੇ ਵਿਚਾਰੇ ਮੈਂਬਰ ਨੇ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਦਾ ਮੁਆਵਜ਼ਾ ਮਿਲੇ, ਉਹਨਾਂ ਨੂੰ ਵਿਚਾਰਿਆਂ ਨੂੰ ਤਨਖਾਹਾਂ ਮਿਲਣ, ਉਹਨਾਂ ਦੇ ਘਰ ਦਾ ਕੋਈ ਸਰਕਾਰੀ ਮੈਂਬਰ ਲੱਗੇ। ਮੋਦੀ ਸਾਹਿਬ ਨੂੰ ਗੱਲ ਕਹਿੰਦੇ ਹਾਂ ਕਿ ਜਿਹੜਾ ਅੱਜ ਹੋਇਆ ਮਸਲਾ, ਜੇ ਮੋਦੀ ਸਾਹਿਬ ਇਹ ਜਾਣ ਚਾਰਜ ਲੈ ਕੇ ਜਾਂ ਕੋਈ ਚੀਜ਼ ਲੈ ਕੇ ਜਾਣ, ਉਹਨਾਂ ਦਾ ਹਜ਼ਾਰਾਂ ਬੰਦਾ ਮਰੇ, ਮੋਦੀ ਸਾਹਿਬ ਦੁਬਾਰੇ ਆ ਜੇ। ਇਸੇ ਤਰ੍ਹਾਂ ਰਾਮਾ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ, ਦੁਕਾਨਦਾਰਾਂ ਅਤੇ ਸਿਆਸੀ ਆਗੂਆਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ। ਇਸ ਮੌਕੇ ਲੋਕਾਂ ਨੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਪਾਕਿਸਤਾਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਪਾਸੋਂ ਪਾਕਿਸਤਾਨ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਦੀ ਮੰਗ ਕੀਤੀ। ਰਾਮਾ ਮੰਡੀ ਤੋਂ ਅਜੀਤ ਵੈਬ ਟੀਵੀ ਲਈ ਅਮਰਜੀਤ ਲਹਿਰੀ ਦੀ ਰਿਪੋਰਟ। ਅਸੀਂ ਕੈਂਡਲ ਮਾਰਚ ਜਿਹੜਾ ਇਹ ਮੰਡੀ ਮੰਡੀਓ ਕੱਢ ਰਹੇ ਹਾਂ, ਜਿਹੜੇ ਸਾਡੇ ਪੁਲਵਾਮਾ ਉੱਥੇ ਸਾਡੇ ਜਿਹੜੇ CRPF ਦੇ ਜਵਾਨ ਮਾਰੇ ਹਨ ਉਹ ਬਹੁਤ ਗਲਤ ਤਰੀਕੇ ਨਾਲ ਮਾਰੇ ਹਨ, ਅਸੀਂ ਉਹਨਾਂ ਦਾ ਬਦਲਾ ਲੈਣਾ ਚਾਹੁੰਦੇ ਹੈਗੇ। ਅਸੀਂ ਬੇਨਤੀ ਕਰਦੇ ਹਾਂ ਪ੍ਰਧਾਨ ਮੰਤਰੀ ਨੂੰ ਕਿ ਇਹਨਾਂ ਦਾ ਬਦਲਾ ਬਹੁਤ ਜਲਦੀ ਲਿਆ ਜਾਵੇ ਤਾਂ ਕਿ ਸਾਡੇ ਮਨਾਂ ਨੂੰ ਸ਼ਾਂਤੀ ਆ ਸਕੇ। ਅਸੀਂ ਹਿੰਦੁਸਤਾਨ ਵਾਸਤੇ ਆਪਦੀ ਜਾਨਾਂ ਕੁਰਬਾਨ ਕਰਨ ਵਾਸਤੇ ਤਿਆਰ ਹਾਂ, ਸਾਡੇ 'ਚ ਇੰਨਾ ਜੋਸ਼ ਹੈ ਕਿ ਜੇ ਸਾਨੂੰ ਹੁਣ ਉੱਥੇ ਬਾਰਡਰ 'ਤੇ ਜਾ ਕੇ ਲੜਾਈ ਵੀ ਕਰਨੀ ਪਏ ਅਸੀਂ ਕਰ ਸਕਦੇ ਹਾਂਗੇ। ਸਾਡੇ ਰਾਮਾ ਮੰਡੀ ਵਿੱਚ ਹਰੇਕ ਬੰਦੇ ਦੇ ਜਵਾਨ 'ਤੇ ਇਹ ਗੱਲ ਹੈ ਕਿ ਇਸ ਦਾ ਬਦਲਾ ਲੈਣਾ ਬਹੁਤ ਜ਼ਰੂਰੀ ਹੈ। ਸ਼ਹੀਦਾਂ ਨੂੰ ਤਰਲਾ ਸ਼ਰਧਾਂਜਲੀ ਦੇਣ ਵਾਸਤੇ ਕੱਢਿਆ, ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ 'ਚ ਇਸ ਬਦਲਾ ਅਸੀਂ ਬਦਲਾ ਲਵਾਂਗੇ, ਚਾਹੇ ਦੇਸ਼ ਵਾਸੀ ਕੁਛ ਮਰਜ਼ੀ ਕਰਨ, ਅਸੀਂ ਉਹ ਬਦਲਾ ਹਰ ਹਾਲ 'ਚ ਲਿਆ ਜਾਊਗਾ। ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਹੈ ਵੀ ਅਸੀਂ ਹਰ ਹਾਲ 'ਚ ਅਸੀਂ ਲੜਨ ਨੂੰ ਤਿਆਰ ਹਾਂ, ਤੁਸੀਂ ਫੌਜਾਂ ਨੂੰ ਪਿੱਛੇ ਛੱਡ ਦਿਓ, ਅਸੀਂ ਫਿਰ ਵੀ ਤਿਆਰ ਹਾਂ। ਇਹ ਸਾਰਾ ਰੋਸ ਮਾਰਚ ਜੀ ਰਾਮਾ ਮੰਡੀ ਦੇ ਸਮੂਹ ਇਕੱਠ ਨਾਲ ਕੀਤਾ ਜਾ ਰਿਹਾ ਅਤੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਸਾਡੇ BSF ਦੇ ਕਿੰਨੇ ਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਹਨਾਂ ਦਾ, ਅਤੇ ਅਸੀਂ ਉਹਨਾਂ ਨੂੰ ਰਾਮਾ ਮੰਡੀਓ ਵੰਨੀਓ ਸਮੂਹ ਰਾਮਾ ਮੰਡੀ ਵੰਨੀ ਸ਼ਰਧਾਂਜਲੀ ਦਿੰਦੇ ਹਾਂ ਸਭ ਤੋਂ ਪਹਿਲਾਂ ਕੈਂਡਲ ਮਾਰਚ ਕਰਕੇ। ਅਤੇ ਇੱਕ ਪਾਕਿਸਤਾਨ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੂਰਾ ਹਿੰਦੁਸਤਾਨ ਇਸ ਕੰਮ 'ਚ ਇਕੱਠਾ, ਉਹ ਇਹ ਨਾ ਸਮਝਣ ਕਿ ਹਿੰਦੁਸਤਾਨ ਦੇ ਟੋਟੇ ਕਰ ਦਾਂਗੇ ਜਾਂ ਅਸੀਂ ਕਸ਼ਮੀਰ ਲੈਣਾਂਗੇ, ਅੱਗ 'ਚ ਮੱਚਾਂਗੇ। ਕਸ਼ਮੀਰ ਹਿੰਦੁਸਤਾਨ ਦਾ ਹੈ ਅਤੇ ਰਹੂਗਾ। ਇੰਡੀਅਨ ਆਰਮੀ ਜਿੰਦਾਬਾਦ।
ਮਾਰਚ ਰਾਹੀਂ ਸ਼ਰਧਾਂਜਲੀ ਦੇ ਰਹੇ ਹਾਂ। ਅਸੀਂ ਬਹੁਤ ਮਦਬੰਦੀ ਘਟਨਾ 'ਤੇ ਬਹੁਤ ਦੁੱਖ ਪ੍ਰਗਟ ਕਰਦੇ ਹਾਂ। ਮੰਡੀ ਵਾਲਿਆਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ। ਅਸੀਂ ਸਾਰੇ ਮੰਡੀ ਦਾ ਸਾਂਝਾ ਇੱਕ ਕੈਂਡਲ ਮਾਰਚ ਹੈ। ਇਸ 'ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੰਡੀ ਵਾਲਿਆਂ ਦਾ, ਜਿਨ੍ਹਾਂ ਨੇ ਬੱਚੇ ਨੇ ਸਾਡਾ ਸਾਥ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ ਵੀ ਪੁਲਵਾਮਾ ਵਿਖੇ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਯੂਥ ਅਕਾਲੀ ਦਲ ਦੇ ਵਰਕਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਤਲਵੀਰ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ, ਤਾਂ ਜੋ ਪਾਕਿਸਤਾਨ ਭਵਿੱਖ ਵਿੱਚ ਅਜਿਹੇ ਹਮਲੇ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਅੰਮ੍ਰਿਤਸਰ ਤੋਂ ਅਜੀਤ ਵੈਬ ਟੀਵੀ ਲਈ ਜਤਿੰਦਰ ਸਿੰਘ ਦੀ ਰਿਪੋਰਟ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ। ਇਹ ਮੈਂ ਸਮਝਦਾ ਕਿ ਭਾਰਤ ਦੀ ਧਰਤੀ 'ਤੇ ਇੱਕ ਪਹਿਲਾ ਸਭ ਤੋਂ ਵੱਡਾ ਜਿਹੜਾ ਆਤੰਕਵਾਦੀ ਹਮਲਾ ਹੋਇਆ ਔਰ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਆ। ਔਰ ਅਸੀਂ ਤਾਂ ਭਾਰਤ ਸਰਕਾਰ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਜਿਹੜਾ ਖੂਨ ਦਾ ਬਦਲਾ ਜ਼ਰੂਰ ਖੂਨ ਦੇ ਨਾਲ ਲਿਆ ਜਾਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਾਡੇ ਵਿਰੋਧੀ ਨੇ, ਜਿਹੜੇ ਸਾਡੇ ਦੁਸ਼ਮਣ ਨੇ ਪਾਕਿਸਤਾਨ, ਇਹ ਜਿਹੜੀਆਂ ਵਿਰੋਧੀ ਹੈ, ਇਹ ਇਹੋ ਜਿਹੀਆਂ ਚਾਲਾਂ ਨਾ ਚੱਲਣ ਜਿਨ੍ਹਾਂ ਨੇ ਸਾਡਾ, ਮੈਂ ਸਮਝਦਾ ਕਿ ਬਹੁਤ ਵੱਡਾ ਨੁਕਸਾਨ ਕੀਤਾ। ਕਈ ਮਾਵਾਂ ਦੇ ਪੁੱਤ ਜਿਹੜੇ ਆ ਵਿਚਾਰੇ ਜਾਨਾਂ ਗਵਾ ਚੁੱਕੇ ਆ, ਜਿਹੜੇ ਸਾਡੇ ਦੇਸ਼ ਦੀ ਰੱਖਿਆ ਕਰਦੇ ਸੀ, ਸਾਡੀ ਰੱਖਿਆ ਕਰਦੇ ਸੀ। ਮੈਂ ਉਹਨਾਂ ਪਰਿਵਾਰਾਂ ਨੂੰ, ਉਹਨਾਂ ਨੂੰ ਆਪਣਾ ਵੀਰਾਂ ਨੂੰ ਫਿਰ ਦੁਬਾਰਾ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਉਹਨਾਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਜਿੱਥੇ ਵੀ ਸਾਡੀ ਲੋੜ ਹੋਈ, ਅਸੀਂ ਯੂਥ ਅਕਾਲੀ ਦਲ ਵੱਲੋਂ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ। ਇਸ ਕਰਕੇ ਅੱਜ ਇਹਨਾਂ ਦਾ ਜਿਹੜਾ ਪਾਕਿਸਤਾਨ ਦਾ ਜਿਹੜਾ ਪੁਤਲਾ ਫੂਕਿਆ।